ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾਲ ਜਾਣਕਾਰੀ ਥੋੜ੍ਹੀ ਸਾਂਝੀ ਕਰ ਲਈਏ। ਦਾਸ ਵੀ ਪਿਛਲੇ ਫਰਵਰੀ ਤੋਂ ਪੰਜਾਬ 'ਚ ਦੋ ਵੀ ਕੱਲ੍ਹ ਆਇਆ ਸੀ, ਪਰ 19 ਤਰੀਕ ਨੂੰ ਵਾਪਸ ਜਾਣਾ ਸੀ ਅਤੇ 19 ਨੂੰ ਫਲਾਈਟਾਂ ਬੰਦ ਹੋ ਗਈਆਂ, ਉਹਦੇ ਕਰਕੇ ਵਾਪਸ ਨਹੀਂ ਜਾ ਸਕੇ ਹੈਗੇ। ਅਤੇ ਮੀਟਿੰਗ ਤੀਵਨ ਬ੍ਰਿਟਿਸ਼ ਗੌਰਮੈਂਟ ਕਹਿੰਦੀ ਰਹੀ ਹੈ ਬਹੁਤ ਛੇਤੀ ਅਸੀਂ ਚਾਰਟਰ ਫਲਾਈਟਾਂ ਜਿਹੜੀਆਂ ਘੱਲ ਰਹੇ ਹੈਗੇ ਹਾਂ ਸਾਰੇ ਦੇਸ਼ਾਂ ਨੂੰ, ਪਰ ਅਫਸੋਸ ਆ ਵੀ ਪੰਜਾਬ ਲਈ ਉਹਨੀ ਪਹਿਲੇ ਜਿੰਨੇ ਵੀ ਕੋਈ ਖਾਸ ਉੱਦਮ ਨਹੀਂ ਕੀਤਾ। ਹੁਣ ਉਹਨੀ 3 ਫਲਾਈਟਾਂ ਕੱਲ੍ਹ ਸਵੇਰੇ ਅਨਾਊਂਸਮੈਂਟ ਕੀਤੀ ਸੀ ਅਰਲੀ ਮੋਰਨਿੰਗ ਕੱਲ੍ਹ, ਅਤੇ ਜਦੋਂ ਅਨਾਊਂਸਮੈਂਟ ਕੀਤੀ ਤਾਂ ਕਹਿੰਦੇ 15 ਮਿੰਟਾਂ ਦੇ ਬਾਅਦ ਕਹਿੰਦੇ ਨੇ ਜੀ ਇਹ ਫਲਾਈਟ ਤਾਂ ਭਰ ਵੀ ਗਈਆਂ ਹੈਗੀਆਂ। ਇੱਕ ਤਾਂ ਫਲਾਈਟਾਂ ਸਿਰਫ 3 ਸੀਗੀਆਂ, ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਫਲਾਈਟਾਂ ਪਹਿਲਾਂ ਹੀ ਲੋਕਾਂ ਨੂੰ ਦਿੱਤੀਆਂ ਗਈਆਂ ਸੀਗੀਆਂ। ਅਤੇ ਮੈਂ ਵੀ ਕਈ ਪਰਿਵਾਰਾਂ ਨੂੰ ਪੁੱਛਿਆ, ਕਹਿੰਦੇ ਅਸੀਂ ਤੀਵਨ 7 ਵਜੇ ਦੀ ਟਾਈਮਿੰਗ ਸੀਗੀ ਓਪਨਿੰਗ ਦੀ ਖਬਰ ਦੀ, ਅਤੇ 7:15 ਤੱਕ ਅਸੀਂ ਨਾ ਭਰਤੇ ਸੀਗੇ, ਫਿਰ ਵੀ ਉਹਨਾਂ ਨੂੰ ਇਹਨਾਂ ਦੇ ਵਿੱਚ ਸੀਟਾਂ ਜਿਹੜੀਆਂ ਨਹੀਂ ਮਿਲ ਸਕੀਆਂ ਹੈਗੀਆਂ। ਮੇਰੇ ਖਿਆਲ ਵੱਡੀ ਗਿਣਤੀ ਦੇ ਵਿੱਚ ਲੋਕ, ਘੱਟ ਤੋਂ ਘੱਟ ਇੰਡੀਆ ਦੇ ਵਿੱਚ 1 ਮਿਲੀਅਨ ਲੋਕ ਸਾਲ ਦੇ ਹੋਲੀਡੇ ਕਰਨ ਆਉਂਦੇ ਆ, ਅਤੇ ਉਹਨਾਂ ਪੰਜਾਬ ਵਿੱਚ ਮੇਰੇ ਖਿਆਲ ਆ ਸਾਰੇ ਸਾਲ ਦੇ ਵਿੱਚ 2 ਲੱਖ ਤੋਂ ਉੱਪਰ ਲੋਕ ਪੰਜਾਬ ਵਿੱਚ ਵੀ ਆਉਂਦੇ ਹੈਗੇ ਆ। ਅਤੇ ਇਸ ਸੀਜ਼ਨ ਦੇ ਵਿੱਚ ਜਿਹੜੀ ਜਿੰਨੀਆਂ ਕੁ ਸਰਕਾਰ ਵੱਲੋਂ ਰਿਲੀਜ਼ ਕੀਤੀਆਂ ਗਈਆਂ ਇਸ ਸੀਜ਼ਨ ਦੇ ਵਿੱਚ ਜਨਵਰੀ ਤੋਂ ਲੱਗ ਕੇ ਮਾਰਚ ਤੱਕ 1,30,000 ਦੇ ਕਰੀਬ ਲੋਕ ਜਿਹੜੇ ਹੈਗੇ ਪੰਜਾਬ 'ਚ ਆਏ ਸੀਗੇ। ਬਹੁਤੇ ਤਾਂ ਫਰਵਰੀ 'ਚ ਮੁੜ ਜਾਂਦੇ, ਕੁਛ ਮਾਰਚ 'ਚ ਮੁੜ ਜਾਂਦੇ ਆ, ਸ਼ਾਇਦ ਉਹਨਾਂ ਵਿੱਚੋਂ 20-25,000 ਜਿਹੜੇ ਹੈਗੇ ਆ ਜੀ ਸ਼ਾਇਦ ਪੰਜਾਬ ਵਿੱਚ ਹੋਣ, ਜਿਹੜੇ ਬਾਹਰੋਂ ਆਏ ਹੈਗੇ ਆ ਉਹਨਾਂ ਵਿੱਚੋਂ 15,000 ਦੇ ਕਰੀਬ ਇੰਗਲੈਂਡ ਦੇ ਵੀ ਹੋ ਸਕਦੇ ਹੈਗੇ ਆ। ਅਤੇ ਫਲਾਈਟਾਂ ਮੇਰੇ ਹੁਣ ਇਹਦੇ ਵਿੱਚ ਕਾਫੀ ਲੋਕ ਮੈਨੂੰ ਟੈਲੀਫੋਨ ਆਏ ਇੱਥੇ ਵੀ ਅਸੀਂ ਵੀ ਕੋਸ਼ਿਸ਼ ਕੀਤੀ ਸੀਗੀ, ਪਰ 15-20 ਮਿੰਟਾਂ ਬਾਅਦ ਹੀ ਇਹ ਮੈਸੇਜ ਉਹਨਾਂ ਸਾਨੂੰ ਵੇਟਿੰਗ ਲਿਸਟ 'ਚ ਪਾ ਦਿੱਤਾ ਹੈਗਾ। ਅਤੇ ਹੁਣ ਅਗਲੇ ਜੋ ਇਸ ਹਫ਼ਤੇ ਤੋਂ ਅਗਲੇ ਹਫ਼ਤੇ ਤੀਵਨ 10-12 ਦਿਨਾਂ ਤੱਕ ਸ਼ਾਇਦ ਨਵੀਆਂ ਜਿਹੜੀਆਂ ਚਾਰਟਰ ਫਲਾਈਟਾਂ ਆਉਣਗੀਆਂ ਉਹਨਾਂ ਵਿੱਚ ਸ਼ਾਇਦ ਸਾਰਿਆਂ ਥਾਂ ਮਿਲ ਜਾਏ ਨਾ ਮਿਲਣ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ, ਲੋਕ ਚਾਹੁੰਦੇ ਸੀ ਵੀ ਫਲਾਈਟਾਂ ਨੂੰ ਜ਼ਿਆਦਾ ਲਾਉਣੀਆਂ ਚਾਹੀਦੀਆਂ ਸੀਗੀਆਂ, ਬਈ ਇਹ ਬਹੁਤ ਥੋੜ੍ਹੀਆਂ ਸੀ ਪੰਜਾਬ ਲਈ 3, ਅਤੇ ਫਲਾਈਟਾਂ ਘੱਟੋ 10-15 ਆਉਣੀਆਂ ਚਾਹੀਦੀਆਂ ਰੋਜ਼, 1 ਜਾਂ 2 ਜਾਣੀਆਂ ਤਾਂ ਫਿਰ ਸ਼ਾਇਦ ਛੇਤੀ। ਇੱਥੇ ਗਰਮੀ ਵੀ ਤੇਜ਼ੀ ਨਾਲ ਵੱਧ ਰਹੀ ਹੈਗੀ ਆ, ਇੱਥੇ ਵੀ ਜਿਹੜਾ ਹੈਗੀ ਆ ਵਾਰਸ ਜਿਹੜੀ ਹੈਗੀ ਸਮੱਸਿਆ ਹੈਗੀ ਆ ਇਹ ਵੀ ਤੇਜ਼ੀ ਨਾਲ ਵੱਧ ਰਹੀ ਹੈਗੀ ਆ, ਕਿਹਾ ਕਾਫੀ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਪੋਜ਼ਿਟਿਵ ਆ ਰਹੇ ਹੈਗੇ ਆ, ਅਤੇ ਲੋਕ ਆਪਣੇ ਪਰਿਵਾਰਾਂ ਕੋਲ ਜਾਣਾ ਚਾਹੁੰਦੇ ਹੈਗੇ ਆ। ਅਤੇ ਮੈਂ ਥੋੜ੍ਹੀ ਇਹੀ ਜਾਣਕਾਰੀ ਦਿੰਦੀ ਸੀ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਪੋ ਆਪਣੇ ਨਾਂ ਤੁਸੀਂ ਉਹਨਾਂ ਦੀ ਸਾਈਟ 'ਤੇ ਜਾ ਕੇ ਰਜਿਸਟਰ ਕਰ ਲਓ। ਤੀਵਨ ਹੁਣ ਤਾਂ ਮੀਡੀਆ ਸਾਰੇ ਗੱਲ ਕਾਫੀ ਕੱਲ੍ਹ ਦੀ ਮੀਡੀਆ 'ਚ ਆ ਚੁੱਕੀ ਆ ਬਈ ਫਲਾਈਟਾਂ 3 ਸੀ ਉਹ ਫਲ ਹੋ ਚੁੱਕੀਆਂ ਹੈਗੀਆਂ, ਨਾ ਤੁਸੀਂ ਆਪਣੇ ਉੱਥੇ ਰਜਿਸਟਰ ਕਰਾ ਦਿਓ, ਉੱਥੇ ਫਿਰ ਤੁਹਾਨੂੰ ਆਪਣਾ ਨਾਂ ਦੱਸਣਾ ਪੈਣਾ, ਪਾਸਪੋਰਟ ਦਾ ਨੰਬਰ ਦੱਸਣਾ ਪੈਣਾ ਹੈਗਾ, ਅਤੇ ਤੁਹਾਨੂੰ ਲੋਕੇਸ਼ਨ ਇੱਥੇ ਹੀ ਦੱਸਣੀ ਪੈਣੀ ਹੈ, ਉੱਥੇ ਕਿੱਥੇ ਜਾਣਾ ਹੈਗਾ, ਉਮਰ ਦੱਸਣੀ ਪੈਣੀ ਹੈਗੀ ਆ, ਜਾਂ ਤੁਹਾਨੂੰ ਕੋਈ ਵੀ ਕੋਈ ਨਾ ਕੋਈ ਬਿਮਾਰੀ ਤਾਂ ਨਹੀਂ ਹੈਗੀ, ਉਹਦੇ ਵੀ ਕੁਐਸਚਨ ਹੈਗੇ ਆ। ਆਪਣੇ ਕੁਐਸਚਨ ਪੂਰੇ ਰੈਡੀ ਹੋ ਗਏ ਅਤੇ ਉਹਨਾਂ ਦੀ ਸਾਈਟ 'ਤੇ ਜਾ ਕੇ ਹੁਣ ਤੁਸੀਂ ਭਰ ਸਕਦੇ ਹੈਗੇ ਆ, ਜਾਂ ਤੁਹਾਨੂੰ ਵੀ ਉਹ ਵੇਟਿੰਗ ਲਿਸਟ 'ਚ ਪਾ ਦੇਣਗੇ, ਅਤੇ ਉਹਨਾਂ ਨੂੰ ਵੀ ਬ੍ਰਿਟਿਸ਼ ਗੌਰਮੈਂਟ ਵੀ ਸੌਖਾ ਹੋ ਜੂਗਾ ਬਈ ਉਹਨੂੰ ਪਤਾ ਲੱਗ ਜਾਵੇ ਵੀ ਕਿੰਨੇ ਬੰਦੇ ਜਾਣਾ ਚਾਹੁੰਦੇ ਆ ਵਾਪਸ ਇੰਗਲੈਂਡ ਨੂੰ, ਅਤੇ ਤਾਂ ਜੋ ਹੋਰ ਫਲਾਈਟਾਂ ਦਾ ਪ੍ਰਬੰਧ ਵੀ ਹੋ ਸਕੇ। ਧੰਨਵਾਦ, ਅਤੇ ਆਪਾਂ ਕੋਸ਼ਿਸ਼ ਕਰਿਆ ਕਰੋ ਸਾਰੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਪਾਂ ਆਪਣੀ ਜਿਹੜੀ ਬ੍ਰਿਟਿਸ਼ ਗੌਰਮੈਂਟ ਦੀ ਸਾਈਟ ਹੈਗੀ ਆ ਅਤੇ ਉਹਦੇ ਉੱਤੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੇਟਸ ਮਿਲਦੀ ਰਹਿੰਦੀ ਹੈਗੀ ਆ। ਲੋਕਾਂ ਨੂੰ ਬਹੁਤਿਆਂ ਨੂੰ ਪਤਾ ਸੀਗਾ ਅਤੇ ਉਹ ਇਹਦਾ ਲਾਹਾ ਲੈ ਗਏ ਹੈਗੇ ਆ, ਅਤੇ ਕਈਆਂ ਨੂੰ ਖਬਰ ਆਪਾਂ ਅਖਬਾਰਾਂ ਪੜ੍ਹ ਕੇ ਲੱਗਦੀ ਹੈਗੀ, ਜਦ ਤੱਕ ਬਹੁਤ ਲੇਟੇ ਚੋਣੇ ਹੈਗੇ ਆ, ਪਰ ਹੁਣ ਉਹ ਤੁਸੀਂ ਉਹ ਸਾਈਟ 'ਤੇ ਜਾ ਕੇ ਪੰਜਾਬ ਅਤੇ ਜੰਮੂ ਦੇ ਲੋਕ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਜਾਣਗੇ, ਪ੍ਰਬੰਧ ਜਿੱਥੇ ਤੱਕ ਉਹਨੇ ਦੱਸਿਆ ਹੈਗਾ ਆ ਅਜੇ ਤੱਕ ਫਲਾਈਟ ਗਈ ਤਾਂ ਨਹੀਂ ਪੰਜਾਬ 'ਚੋਂ ਕੋਈ ਵੀ, ਸੋਮਵਾਰ ਤੋਂ ਸ਼ੁਰੂ ਹੋਣੀ ਹੈਗੀ ਆ।
ਕੋਸ਼ਿਸ਼ ਕਰ ਰਹੇ ਹੋ ਘਰਾਂ ਤੋਂ ਚੱਕਣ ਦੀ, ਜਾਂ ਸ਼ਾਇਦ ਤੁਹਾਡੇ ਉਹ ਡੈਸਕ ਤੋਂ ਚੱਕਣ, ਉਹਦੇ ਵੀ 25 ਪਾਉਂਡ ਉਹ ਚਾਰਜ ਕਰ ਰਹੇ ਹੈਗੇ, ਤਕਰੀਬਨ 470 ਦੇ ਕਰੀਬ ਪਾਉਂਡ ਦੇ ਲਾਗੇ ਖਰਚਾ ਹੈਗਾ ਆਪਣਾ ਵਾਪਸ ਜਾਣ ਦਾ ਸਿੰਗਲ ਦਾ। ਅਤੇ ਹੁਣ ਤੋਂ ਤੁਸੀਂ ਜਿਹਨਾਂ ਵੀਰਾਂ ਮੇਰਿਆਂ ਨੇ ਅੱਜ ਤੱਕ ਰਜਿਸਟਰ ਨਹੀਂ ਕੀਤੀ ਹੈਗੀ, ਉਹ ਉਹਨਾਂ ਦੀ ਸਾਈਟ 'ਤੇ ਜਾ ਕੇ ਰਜਿਸਟਰ ਕਰ ਲੈਣ, ਅਤੇ ਉਹਦੇ ਵਿੱਚ ਆਹ 5-6 ਕੁਐਸਚਨ ਹੀ ਹੈਗੇ ਆ, ਨਾ ਆ ਤੁਹਾਡਾ ਪਾਸਪੋਰਟ ਨੰਬਰ ਆ, ਜਾਂ ਤੁਹਾਨੂੰ ਕੋਈ ਫਿਜ਼ੀਕਲ ਜਾਂ ਕੋਈ ਹੋਰ ਬਿਮਾਰੀ ਤਾਂ ਨਹੀਂ ਹੈਗੀ, ਉਹ ਤੁਹਾਨੂੰ ਜਾਣਕਾਰੀ ਉਹਨਾਂ ਨੂੰ ਦੇਣੀ ਪੈਣੀ ਹੈਗੀ ਆ, ਅਤੇ ਨਾਲੇ ਆਪਣੀ ਖਾਸ ਤੌਰ 'ਤੇ ਲੋਕੇਸ਼ਨ ਜਿਹੜੀ ਆ ਤੁਸੀਂ ਕਿੱਥੇ ਹੈਗੇ ਆ ਉਹ ਦੱਸਣੀ ਪੈਣੀ ਹੈਗੀ ਆ, ਤਾਂ ਜੋ ਤੁਹਾਨੂੰ ਉਹ ਇੱਥੋਂ ਏਅਰਪੋਰਟ ਤੱਕ ਲਿਜਾਣ ਦਾ ਪ੍ਰਬੰਧ ਜਿਹੜਾ ਠੀਕ ਤਰ੍ਹਾਂ ਹੋ ਸਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੇਟੈਸਟ ਨਿਊਜ਼ ਅਪਡੇਟਸ ਲਈ ਪੰਜਾਬ ਟਾਈਮਸ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕਣ।